ਲੱਗਾ ਕਿ ਇਹਨਾਂ ਦੁਆਰਾ ਮਿਲੀ ਭਗਤ ਸੀ ਕਿ ਹਮਲਾ ਕਰਵਾਉਣਾ ਹੈ ਵਿਸ਼ਵਾਸ ਨਹੀਂ ਤਾਂ ਅਸੀਂ ਤੁਹਾਡੇ ਤੇ ਵਿਸ਼ਵਾਸ ਕੀਤਾ ਪਹਿਲਾਂ ਮੇਰੇ ਗੇਟ ਤੱਕ ਕਿਦਾਂ ਆ ਗਏ ਹੋ ਦੀ ਸਾਹਿਬ ਗੇਟ ਤੱਕ ਕਿਦਾਂ ਆ ਮੇਰੇ ਗੇਟ ਤੱਕ ਕਿਦਾਂ ਆ ਗਏ ਮੈਨੂੰ ਇਹਦੀ ਇਨਕੁਆਇਰੀ ਮੈਂ ਉਸ ਰੋਡ ਤੋਂ ਆਇਆ ਉੱਥੇ ਦੋ ਟਰਾਲੀਆਂ ਲੱਗੀਆਂ ਆ ਸੀ ਜੀ ਉਹ ਕਿਦਾਂ ਆ ਗਏ ਜੀ ਗੇਟ ਹੁਣ ਮੈਨੂੰ ਇਹ ਦੱਸੋ ਅਬੋਰ ਦੇ ਰਸਤੇ 'ਚ ਕਿਸ ਜਗ੍ਹਾ ਤੇ ਹਮਲਾ ਕਰਾਉਣਾ ਮੈਂ ਪਹਿਲਾਂ ਹੀ ਉਹ ਤਾਂ ਪਹਿਲਾਂ ਤੁਹਾਨੂੰ ਦੱਸਣਾ ਦੱਸੋ ਨਾ ਕਿਤੇ ਕਰਾਉਣਾ ਕਈ ਥਾਂ ਤੇ ਨਾ ਬੰਦੇ ਬੈਠੇ ਨੇ ਇਕੱਠੇ ਹੋਏ ਅਰੇ ਦੱਸੋ ਕਿਤੇ ਕਰਾਉਣਾ ਥੋੜਾ ਸਮਾਂ ਰਸਤਾ ਚੇਂਜ ਕਰਨ ਲੱਗੇ ਆ ਇਸ ਤਾਂ ਨਹੀਂ ਕਰਾ ਦੇਣਾ ਜਿੱਥੇ ਕਰਾਉਣਾ ਬਿਲਕੁਲ ਇਹ ਦੱਸ ਦੇਣ ਕਿਤੇ ਕਰਾਉਣਾ ਨਾ ਮਾਮਲਾ ਪਹਿਲਾਂ ਔਨ ਡਿਊਟੀ ਜਿਹੜੇ ਸੀ ਉਹ ਲਾਈਨ ਹਾਜ਼ਰ ਕਰਾਓ ਜੀ ਬਿਲਕੁਲ ਜਿਹੜੇ ਮੌਜੂਦਾ ਆਫੀਸਰ ਜਿਹੜੇ ਔਨ ਡਿਊਟੀ ਉੱਥੇ ਸੀ ਉਸ ਕੰਪਲੈਕਸ ਦੇ ਨੇੜੇ ਉਹ ਕਿੱਦਾਂ ਪੁੱਜ ਗਏ ਇਹਦੀ ਜਾਂਚ ਹੋਣੀ ਚਾਹੀਦੀ ਇੱਕ ਬੈਂਕ ਨੇ ਕੀ ਗੱਲ ਕਰਨਾ ਤੁਹਾਡਾ ਐਸਐਚ ਇੱਕ ਮਿੰਟ ਐਸਐਚਓ ਸਦਰ ਜਿੱਥੇ ਹੁੰਦਾ ਹੈ ਉੱਥੇ ਹੀ ਹਮਲਾ ਹੁੰਦਾ ਜੀ ਜੇ ਉਦੋਂ ਤਾਜ਼ ਪਰਨ ਗਏ ਐਸਐਚਓ ਸਦਰ ਅੱਜ ਵੀ ਐਸਐਚਓ ਸਦਰ ਚਲੋ ਗੱਲ ਸੁਣੋ ਐਸਐਚਓ ਨਹੀਂ ਨਹੀਂ ਐਸਐਚਓ ਸਦਰ ਨੂੰ ਕਰੋ ਸਸਪੈਂਡ ਕਰੋ ਜੀ ਕਰ ਲੈਂਗੇ ਬਈ ਯਾਰ ਨਹੀਂ ਡੀਸੀ ਸਾਹਿਬ ਮੈਂ ਛੋਟੀ ਮੇਰਾ ਨਿਵੇਦਨ ਸਿਰਫ ਇਹ ਹੈ ਹਰ ਥਾਂ ਤੇ ਕਿਉਂ ਐਸਐਚਓ ਸਦਰ ਮੈਂ ਜਲੰਧਰੋਂ ਆਇਆ ਮੈਂ ਟਰਾਲੀਆਂ ਲੱਗੀਆਂ ਸੀਗੀਆਂ ਮੈਂ ਡੀਐਸਪੀ ਸਾਹਿਬ ਨੂੰ ਰਿਕੁਐਸਟ ਕਰਕੇ ਉਹ ਟਰਾਲੀਆਂ ਦੇ ਥਰੂ ਆਪਣੀ ਗੱਡੀ ਕਢਾਈ ਪ੍ਰੋਟੈਸਟਰਸ ਉਹਨਾਂ ਤੋਂ ਪ੍ਰੋਟੈਕਸ਼ਨ ਦੇਣ ਲਈ ਟਰਾਲੀਆਂ ਲੱਗੀਆਂ ਸੀ ਨਾ ਜੀ ਹਾਊ ਆਰ ਦੋਸ ਟਰਾਲੀਜ਼ ਰਿਮੂਵਡ ਫਰਮ ਦੇਅਰ ਹਾਊ ਡਸ ਦੋਸ ਪੀਪਲ ਕਮ ਟੂ ਦ ਗੇਟ ਦੋਸ ਪੀਪਲ ਸ਼ੁਡ ਬੀ ਉਸ ਤੋਂ ਇਲਾਵਾ ਬਿਨਾਂ ਬੜੀ ਸਿੰਪਲ ਗੱਲ ਹੈਗੀ ਹੈ ਐਸਐਸਪੀ ਸਾਹਿਬ ਆਏ ਆਈਜੀ ਸਾਹਿਬ ਆਏ ਉਹ ਦੋਨੇ ਅੰਦਰੋਂ ਨਾਲ ਲੈ ਕੇ ਗਏ ਠੀਕ ਹੈ ਅਸੀਂ ਸਾਰੇ ਇਕੱਠੇ ਬਾਹਰ ਗਏ ਹਾਂ ਈਵਨ ਦੈਨ ਵੀ ਸਟੋਨਿੰਗ ਹੋਈ ਈਵਨ ਦੈਨ ਵੀ ਹਾਂਜੀ ਪ੍ਰਧਾਨ ਜੀ ਅੱਜ ਕਿਸ ਵਿਸ਼ੇ ਵਿੱਚ ਅੱਜ ਵੇਖੋ ਜੀ ਪੰਜਾਬ ਦਾ ਜਿਹੜਾ ਪ੍ਰਧਾਨ ਹੈ ਅਸ਼ਵਨੀ ਸ਼ਰਮਾ ਬੀਜੇਪੀ ਦਾ ਉਹ ਇੱਥੇ ਕੋਈ ਮੀਟਿੰਗ ਮੂਟਿੰਗ ਸਾਨੂੰ ਪਤਾ ਲੱਗਾ ਕਰਨ ਆ ਰਿਹਾ ਸੀ ਚੋਰੀ ਮੀਟਿੰਗ ਕਰਨ ਆ ਰਿਹਾ ਸੀ ਕਿਉਂਕਿ ਜੇ ਤਾਂ ਅੱਗੇ ਜਿਵੇਂ ਆਉਂਦੇ ਨੇ ਮਹੀਨਾ ਮਹੀਨਾ ਪਹਿਲਾਂ ਢੋਲ ਵਜਾਉਂਦੇ ਨੇ ਕਿ ਅਸੀਂ ਮੀਟਿੰਗ ਕਰਨ ਆਉਣਾ ਹੁਣ ਬੀਜੇਪੀ ਦੀ ਹਾਲਤ ਇਹ ਹੋ ਗਈ ਵੀ ਇਹ ਲੋਕਾਂ ਨੂੰ ਦੱਸ ਵੀ ਨਹੀਂ ਸਕਦੇ ਅਸੀਂ ਮੀਟਿੰਗ ਕਰਨ ਆਉਣਾ ਮੀਟਿੰਗ ਵੀ ਚੋਰੀ ਕਰਦੇ ਨੇ ਸੋ ਬੇਸ਼ੱਕ ਸਾਡੇ ਤੋਂ ਚੋਰੀ ਮੀਟਿੰਗ ਕਰਨਾ ਚਾਹੁੰਦਾ ਸੀ ਪਰ ਅਸੀਂ ਅੱਜ ਉਹਦਾ ਵਿਰੋਧ ਕੀਤਾ ਰੱਜ ਕੇ ਵਿਰੋਧ ਕੀਤਾ ਸਾਡਾ ਡੈਮੋਕਰੇਟ ਹੱਕ ਸੀ ਜਿਹੜਾ ਉਹਦੀ ਵਰਤੋਂ ਕਰਕੇ ਅਸੀਂ ਉਹਦਾ ਵਿਰੋਧ ਕੀਤਾ ਅਸੀਂ ਉਹਨੂੰ ਅੰਦਰ ਤਾੜੀ ਰੱਖਿਆ ਮੀਟਿੰਗ ਕਰਨ ਨਹੀਂ ਦਿੱਤੀ ਕਿਸਾਨਾਂ ਤੋਂ ਡਰਦਾ ਭੱਜ ਕੇ ਨਿਕਲਿਆ ਲੁਕ ਕੇ ਨਿਕਲਿਆ ਸੋ ਇਹ ਬੀਜੇਪੀ ਦੀ ਅੱਜ ਦੀ ਹਾਲਾਤ ਹੈ ਜਿਹੜੇ ਕਹਿੰਦੇ ਨੇ ਕਿ ਅਸੀਂ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਣੀਆਂ ਨੇ ਉਹਨਾਂ ਦੀ ਹਾਲਾਤ ਇਹ ਵੀ ਮੀਟਿੰਗ ਵੀ ਨਹੀਂ ਕਰ ਸਕਦੇ ਓਪਨਲੀ ਮੀਟਿੰਗ ਨਹੀਂ ਕਰ ਸਕਦੇ ਉਹਨਾਂ ਦੀ ਰਾਖੀ ਪੁਲਿਸ ਨਹੀਂ ਕਰ ਸਕਦੀ ਉਹਨਾਂ ਨੂੰ ਭੱਜਣਾ ਪੈਂਦਾ ਡਰਦਿਆਂ ਨਿਕਲਣਾ ਪੈਂਦਾ ਇਹ ਬੀਜੇਪੀ ਦੀ ਹਾਲਤ ਹੈ ਅੱਜ ਸਰ ਅੱਜ ਕਿਵੇਂ ਦੇਖਦੇ ਹੋ ਕਿਉਂਕਿ ਜਿਹੜਾ ਮੁੱਦਾ ਜਿਹੜਾ ਹੈਗਾ ਸ਼ੁਰੂ ਤੋਂ ਆਪਣਾ ਚੱਲਿਆ ਆ ਰਿਹਾ ਕਿਸਾਨੀ ਨੂੰ ਲੈ ਕੇ ਲੇਕਿਨ ਹਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਕੋਈ ਨਾ ਕੋਈ ਜਿਹੜਾ ਹੈਗਾ ਨਜ਼ਰ ਨਹੀਂ ਆ ਰਿਹਾ ਕੁਛ ਨਹੀਂ ਜੀ ਹੱਲ ਬਹੁਤ ਨਿਕਲਿਆ ਐਂ ਨਹੀਂ ਕਹਿ ਸਕਦੇ ਆਪਾਂ ਹੱਲ ਨਹੀਂ ਵਿਖਿਆ ਵੇਖੋ ਜੀ ਅਸੀਂ ਘੋਲ ਕਿੱਥੋਂ ਸ਼ੁਰੂ ਕੀਤਾ ਅਸੀਂ ਘੋਲ ਸ਼ੁਰੂ ਕੀਤਾ ਆਪਦੇ ਪਿੰਡਾਂ ਤੋਂ ਪਿੰਡਾਂ ਦੇ ਵਿੱਚ ਅਸੀਂ ਅਰਥੀਆਂ ਸਾੜੀਆਂ ਪਿੰਡਾਂ 'ਚੋਂ ਚੁੱਕ ਕੇ ਅਸੀਂ ਸ਼ਹਿਰ ਲੈ ਕੇ ਆਏ ਸ਼ਹਿਰ 'ਚ ਅਸੀਂ ਅਰਥੀਆਂ ਸਾੜੀਆਂ ਅਤੇ ਨਾਲ ਅਸੀਂ ਮੋਟਰਸਾਈਕਲ ਮਾਰਚ ਕੀਤਾ ਨਾਲ ਅਸੀਂ ਟਰੈਕਟਰ ਮਾਰਚ ਕੀਤਾ ਸ਼ਹਿਰਾਂ ਦੇ ਵਿੱਚੋਂ ਚੁੱਕ ਕੇ ਅਸੀਂ ਸੈਂਟਰ ਨਾਲ ਸਿੱਧੀ ਲੜਾਈ ਕੀਤੀ ਅਸੀਂ ਸਟੇਸ਼ਨਾਂ 'ਤੇ ਬਹਿ ਗਏ ਅਤੇ ਰੇਲਾਂ ਰੋਕ ਦਿੱਤੀਆਂ ਰੇਲਾਂ ਰੋਕਣ ਤੋਂ ਬਾਅਦ ਅਸੀਂ ਦਿੱਲੀ ਕੂਚ ਕੀਤਾ ਦਿੱਲੀ ਦੇ ਵਿੱਚ ਅਸੀਂ ਜਿਹੜਾ 78 ਦਿਨ ਤੋਂ ਜਾਮ ਲਾਇਆ ਹੈ ਉਹਦੇ ਤੋਂ ਬਾਅਦ ਲੜਾਈ ਲੈ ਕੇ ਅਸੀਂ ਕੰਨਿਆਕੁਮਾਰੀ ਤੋਂ ਕੇਰਲਾ ਤੱਕ ਗਏ ਆਸਾਮ ਤੋਂ ਲੈ ਕੇ ਬੰਗਾਲ ਤੱਕ ਸਾਰੀ ਇੱਧਰ ਗੁਜਰਾਤ ਤੱਕ ਅਸੀਂ ਲੜਾਈ ਲੈ ਕੇ ਗਏ ਪੂਰੇ ਹਿੰਦੁਸਤਾਨ 'ਚ ਖਿਲਾਰੀ ਹਿੰਦੁਸਤਾਨ 'ਚ ਖਿਲਾਰਨ ਤੋਂ ਬਾਅਦ ਅੱਜ ਇਹ ਲੜਾਈ ਬਰਤਾਨੀਆ ਜਰਮਨੀ ਆਸਟ੍ਰੇਲੀਆ ਅਮਰੀਕਾ ਕਨੇਡਾ ਇੰਗਲੈਂਡ ਫਰਾਂਸ ਕਿੰਨੇ ਮੁਲਕਾਂ 'ਚ ਸੋ ਇਹ ਸਾਡੇ ਕੋਲ ਦਾ ਵਾਧਾ ਹੈ ਕਿ ਪਿੰਡਾਂ 'ਚ ਸ਼ੁਰੂ ਹੋ ਕੇ ਅੱਜ ਦੁਨੀਆ 'ਚ ਫੈਲ ਗਿਆ ਸੋ ਇਹ ਨਹੀਂ ਕਿ ਇਹਦੇ ਕੰਨ 'ਤੇ ਜੂਗਣੀ ਸਰਕੀ ਜਿਹੜੀ ਬੀਜੇਪੀ ਦਾ ਇਹ ਲਾਣਾ ਹੈ ਇਹਨਾਂ ਦੇ ਕੰਨਾਂ 'ਤੇ ਤਾਂ ਚੂਹੇ ਭੱਜੇ ਫਿਰਦੇ ਨੇ ਲੋਕ ਕਹਿੰਦੇ ਜੂ ਨਹੀਂ ਸਕਦੀ ਇਹਨਾਂ ਦੇ ਕੰਨਾਂ 'ਤੇ ਚੂਹੇ ਭੱਜੇ ਫਿਰਦੇ ਨੇ ਸੋ ਆਉਣ ਵਾਲੇ ਦਿਨਾਂ 'ਚ ਵੇਖਿਆ ਜੇ ਅਸੀਂ ਦਿੱਲੀਓਂ ਜਿੱਤ ਕੇ ਮੁੜਨਾ ਦੇਖਿਆ ਜਾਵੇ ਤਾਂ ਜਿਹੜੀ ਨੌਜਵਾਨ ਪੀੜ੍ਹੀ ਹੈ ਬਹੁਤ ਪ੍ਰੇਰਿਤ ਹੋਈ ਇਸ ਚੀਜ਼ ਤੋਂ ਵੀ ਜਿਹੜੇ ਅੱਗੇ ਲੱਗ ਕੇ ਜਿਹੜਾ ਕੰਮ ਕਰ ਰਹੇ ਨੇ ਅਤੇ ਜਿਹੜਾ ਆਉਣ ਵਾਲਾ ਸਮਾਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੇ ਮੈਂ ਕਿ ਹਜੇ ਵੀ ਘਰੇ ਬੈਠੇ ਪ੍ਰਚਾਰ ਕਰ ਰਹੇ ਨੇ ਬਸ ਸਲਾਹਾਂ ਕਰ ਰਹੇ ਨੇ ਦੇਖੋ ਜੀ ਇਸ ਸੰਸਾਰ ਦੇ ਵਿੱਚ ਤਿੰਨ ਧਿਰਾਂ ਹੁੰਦੀਆਂ ਨੇ ਉਹ ਬੁੱਢਿਆਂ 'ਚ ਵੀ ਨੌਜਵਾਨਾਂ 'ਚ ਵੀ ਔਰਤਾਂ 'ਚ ਵੀ ਹਰ ਕਿਸੇ 'ਚ ਹੁੰਦੀਆਂ ਨੇ ਇੱਕ ਹੁੰਦੀ ਲੜਨ ਵਾਲੀ ਇੱਕ ਹੁੰਦੀ ਖੜ ਕੇ ਵੇਖਣ ਵਾਲੀ ਇੱਕ ਹੁੰਦੀ ਲੱਤਾਂ ਖਿੱਚਣ ਵਾਲੀ ਲੜਨ ਵਾਲੀ ਧਿਰ ਅੱਜ ਇੱਥੇ ਆ ਗਈ ਖੜ ਕੇ ਵੇਖਣ ਵਾਲੀ ਘਰੇ ਬੈਠੀ ਕਮੈਂਟ ਕਰਦੀ ਵੀ ਹੈ ਅਤੇ ਲੱਤਾਂ ਖਿੱਚਣ ਵਾਲੀ ਅੰਦਰ ਬੈਠੀ ਪੈਲਸ 'ਚ ਇਹ ਤਿੰਨ ਧਿਰਾਂ ਪਹਿਲਾਂ ਵੀ ਸੀ ਅੱਜ ਵੀ ਨਹੀਂ ਸਦਾ ਰਹਿਣਗੀਆਂ ਪਰ ਆਉਣ ਵਾਲੇ ਸਮੇਂ 'ਤੇ ਜਿਹੜੀ ਜਿੱਤ ਉਹਦਾ ਸਿਰਾ ਨੌਜਵਾਨਾਂ ਦੇ ਸਿਰ 'ਤੇ ਜਾਣਾ ਇਹ ਨੌਜਵਾਨਾਂ ਕਰਕੇ ਜਿੱਤ ਹੋਵੇਗੀ ਨੌਜਵਾਨਾਂ ਕਰਕੇ ਲੜਾਈ ਲੜੀ ਜਾ ਰਹੀ ਨੌਜਵਾਨਾਂ ਦੇ ਸਿਰ 'ਤੇ ਜਿੱਤ ਦਾ ਸਿਹਰਾ ਹੋਵੇਗਾ ਆਉਣ ਵਾਲੇ ਦਿਨਾਂ 'ਚ ਨੌਜਵਾਨਾਂ ਦੀ ਜਿਹੜੀ ਰਾਜਨੀਤਿਕ ਚੇਤਨਾ ਬੰਨੀ ਹੈ ਉਹਨੇ ਤੁਸੀਂ ਵੇਖਿਆ ਜੇ ਪੰਜਾਬ ਦਾ ਮੁਹੰਦਰਾ ਕਿਵੇਂ ਬਦਲਦੀ ਸਰ ਇੱਕ 26 ਜਨਵਰੀ ਨੂੰ ਜਿਹੜੇ ਕਾਂਡ ਹੋਇਆ ਉਸ ਤੋਂ ਜਿਹੜੇ ਆਪਣੇ ਵੀਰ ਕਿਸਾਨ ਨੇ ਉਹ ਉਹਨਾਂ ਨੇ ਚੱਕ ਕੇ ਜੇਲ੍ਹ 'ਚ ਕੀਤੇ ਹੋਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਉਹਨਾਂ 'ਚੋਂ ਕਿਸਾਨ ਕੋਈ ਛੱਡਣੇ ਸ਼ੁਰੂ ਕਰ ਦਿੱਤੇ ਨੇ ਅਸੀਂ 6 ਤਰੀਕ ਨੂੰ 3 ਘੰਟੇ ਦਾ ਜਾਮ ਇਸੇ ਗੱਲ ਨੂੰ ਲੈ ਕੇ ਲਾਇਆ ਸੀ ਕਿ ਸਾਡੇ ਜਿਹੜੇ ਗ੍ਰਿਫਤਾਰ ਕੀਤੇ ਹੋਏ ਕਿਸਾਨ ਨੇ ਉਹਨਾਂ ਨੂੰ ਫੌਰਨ ਰਿਹਾਅ ਕੀਤਾ ਜਾਵੇ ਉਹਨਾਂ 'ਤੇ ਪਾਏ ਹੋਏ ਕੇਸ ਰੱਦ ਕੀਤੇ ਜਾਣ
वह लड़ाई चलती पी है। असी दोवां तरीकियां नाल लड़ाई लड़ रहे हैं, कानूनी भी तो जनतक तौर पर भी। सो ये लड़ाई है, लड़ाई तो लोग शहीद भी होंगे ने, राजनीतिक कैदी भी बनते हैं, जंगी कैदी भी बनते हैं, साढ़े तो भरा जंगी कैदी ने, जंगी कैदियों को छुड़ाने की लड़ाई चलती पी है, कोई नहीं फिर की हो गया। सर आज की मैसेज है साडा, बस इको बेनती है कि जिहड़ा कोल दिल्ली दे विच चल रहा है उन्हूं वेखण वास्ते ज्ञान की लोड़ है। जितों ज्ञान मेरे भरावां नूं, किसानां नूं, नौजवानों नूं मिलता, इकट्ठा करो उस ज्ञान की ऐनक दे नाल, उस कोल नूं वेखो, ठीक ढंग नाल कोल वेखोगे, ठीक ढंग नाल लड़ सकोगे, ठीक ढंग नाल अगे वधोगे ते जितोगे। बस ज्ञान की नज़र नाल उस कोल नूं वेखो। ਕਰਕੇ ਜਾ ਰਹੇ ਹਾਂ।